You are watching South Asian Trend. ਵਿਆਹ ਸ਼ਾਦੀ ਦੀ ਯਾਦਗਾਰ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਫਿਲਮਾਉਣ ਲਈ ਇੱਕ ਟਰਸਟਵਰਦੀ ਨਾਮ ਪਲੈਟੀਨਮ ਪ੍ਰੋਡਕਸ਼ਨਸ, ਜਿਨ੍ਹਾਂ ਨੂੰ ਹਾਈ ਡੈਫੀਨੇਸ਼ਨ ਫਿਲਮਾਂ ਬਣਾਉਣ ਦਾ ਇੱਕ ਲੰਮਾ ਤਜਰਬਾ ਹੈ। ਤੁਹਾਡੀ ਐਡਿਟ ਕੀਤੀ ਫਿਲਮ 4 to 6 ਹਫ਼ਤੇ ਵਿੱਚ ਦੇਣ ਦਾ ਵਾਅਦਾ ਵੀ ਕਰਦੇ ਹਨ ਅਤੇ ਰੇਟ ਵੀ ਬਹੁਤ ਕੰਪੈਟੀਟਿਵ ਹਨ। ਆਪਣੇ ਆਉਣ ਵਾਲੇ ਕਿਸੇ ਵੀ ਫੰਕਸ਼ਨ ਦੀ ਵੀਡੀਓ ਦੀ ਬੁਕਿੰਗ ਲਈ 416-410-8544 'ਤੇ ਫੋਨ ਕਰੋ। ਪਲੈਟੀਨਮ ਪ੍ਰੋਡਕਸ਼ਨਸ, 416-410-8544। ਕਮਿਊਨਿਟੀ ਬਜ਼ ਜਿਹੜਾ ਪ੍ਰੋਗਰਾਮ ਹੈ, ਅਸੀਂ ਹਰ ਹਫ਼ਤੇ ਸਾਊਥ ਏਸ਼ੀਅਨ ਟ੍ਰੈਂਡ ਦੇ ਉੱਤੇ ਦਿਖਾਉਂਦੇ ਹਾਂ ਸੈਟਰਡੇ ਨੂੰ 11 ਵਜੇ, ਔਰ ਕੋਸ਼ਿਸ਼ ਕਰਦੇ ਹਾਂ ਕਿ ਇਹ 'ਚ ਕਮਿਊਨਿਟੀ ਦੇ ਬਾਰੇ 'ਚ ਜਾਣਕਾਰੀ ਦਈਏ। ਕਮਿਊਨਿਟੀ ਐਟ ਲਾਰਜ, ਸਿਰਫ ਇਹਦਾ ਸਾਊਥ ਏਸ਼ੀਅਨ ਕਮਿਊਨਿਟੀ ਨਾਲ ਤਾਲੁਕ ਨਹੀਂ। ਐਸੇ ਕਮਿਊਨਿਟੀ ਐਟ ਲਾਰਜ ਦੇ ਸਿਲਸਿਲੇ 'ਚ ਇੰਟਰਨੈਸ਼ਨਲ ਫੈਸ਼ਨ ਫੈਸਟੀਵਲ ਹੋਣ ਜਾ ਰਿਹਾ ਮੇ ਦੇ ਲਾਸਟ ਵੀਕ 'ਚ। ਇਹਦੇ ਬਾਰੇ 'ਚ ਤੁਹਾਨੂੰ ਇਸ ਪ੍ਰੋਗਰਾਮ 'ਚ ਜਾਣਕਾਰੀ ਦੇਵਾਂਗੇ, ਜਿੱਥੇ ਟੈਲੈਂਟਸ ਆ ਰਹੇ ਨੇ ਫਰੋਮ ਵਰਲਡ ਓਵਰ। ਇਹ ਤੀਸਰਾ ਫੈਸ਼ਨ ਫੈਸਟੀਵਲ ਹੈ ਜਿਹੜਾ ਹੋਣ ਜਾ ਰਿਹਾ। ਇੰਡੀਆ ਪਾਕਿਸਤਾਨ ਤੋਂ ਟੈਲੈਂਟ ਆ ਰਿਹਾ, ਲੋਕਲ ਕੈਨੇਡੀਅਨ ਟੈਲੈਂਟ ਇਹਦੇ 'ਚ ਬਹੁਤ ਜ਼ਿਆਦਾ ਤਰੀਕੇ ਨਾਲ ਨੁਮਾਇਆ ਹੋਏਗਾ। ਇਸ ਸਿਲਸਿਲੇ 'ਚ ਅਸੀਂ ਦਾਅਵਤ ਦਿੱਤੀ ਹੈ ਸਟੂਡੀਓ ਦੇ ਵਿੱਚ ਐਹਾਨਾ ਢਿਲਨ ਨੂੰ, ਜਿਹੜੇ ਕਿ ਇੱਕ ਐਕਟਰੈਸ ਵੀ ਨੇ ਔਰ ਮਾਡਲ ਵੀ ਨੇ, ਔਰ ਉਹ ਸਾਨੂੰ ਇਸ ਸ਼ੋਅ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਦੇਣਗੇ। ਮਿਸ ਢਿਲੋਂ, ਵੈਲਕਮ ਟੂ ਦ ਸ਼ੋਅ। ਥੈਂਕ ਯੂ ਸੋ ਮਚ। ਆਪਣੇ ਬਾਰੇ 'ਚ ਆਪਣਾ ਪੂਰਾ ਇੰਟਰੋਡਕਸ਼ਨ ਪਹਿਲੇ ਤੁਸੀਂ ਆਪ ਕਰਾਓ। ਹਾਂਜੀ, ਮਾਈ ਨੇਮ ਇਜ਼ ਇਹਾਨਾ ਢਿਲਨ। ਬੇਸਿਕਲੀ ਮੈਂ ਪੰਜਾਬ ਤੋਂ ਹਾਂ ਐਂਡ ਆਈ ਐਮ ਏ ਐਕਟਰੈਸ ਐਂਡ ਮਾਡਲ ਫਰੋਮ ਇੰਡੀਆ। ਜਿਵੇਂ ਮੈਂ ਹੁਣੇ ਇੱਕ ਦੋ ਪੰਜਾਬੀ ਮੂਵੀਜ਼ ਆਈ ਐਮ ਸ਼ੋਰ ਤੁਸੀਂ ਸਾਰਿਆਂ ਨੇ ਦੇਖੀ ਹੋਏਗੀ, ਡੈਡੀ ਗੁੱਡ ਮੁੰਡੇ ਫੂਲ, ਆਈ ਵਾਜ਼ ਅ ਲੀਡ ਐਕਟਰੈਸ ਇਨ ਦੈਟ, ਸੋ ਇਟ ਵਾਜ਼ ਅ ਗੁੱਡ ਮੂਵੀ ਐਂਡ ਕਪਲ ਆਫ ਮੋਰ ਮੂਵੀਜ਼ ਆਈ ਐਮ ਡੂਇੰਗ। ਐਂਡ ਬੇਸਿਕਲੀ ਆਈ ਐਮ ਏ ਮਾਡਲ, ਸੋ ਇਟਸ ਬੀਨ 4.5 ਈਅਰਸ ਔਰ 5 ਈਅਰਸ ਆਈ ਐਮ ਡੂਇੰਗ ਮਾਡਲਿੰਗ। ਤਾਂ ਆਈ ਐਮ ਹੇਅਰ ਫੋਰ ਦਾ ਫੈਸ਼ਨ ਫੈਸਟੀਵਲ ਵਿਚ ਇਜ਼ ਟੋਰਾਂਟੋ ਫੈਸ਼ਨ ਫੈਸਟੀਵਲ, ਆਈ ਥਿੰਕ ਬਿਗੈਸਟ ਫੈਸਟੀਵਲ ਆਫ ਦਾ ਟਾਊਨ, ਸੋ ਆਈ ਐਮ ਜਸਟ ਹੇਅਰ ਫੋਰ ਦੈਟ। ਬਹੁਤ ਵਧੀਆ ਫੈਸਟੀਵਲ ਹੁੰਦਾ ਜੀ, ਹਰ ਸਾਲ ਹੁੰਦਾ। ਯੂ ਜਸਟ ਗੇਵ ਅ ਬਰੀਫ ਇੰਟਰੋ ਆਫ ਯੋਰ ਸੈਲਫ ਕਿ ਤੁਸੀਂ ਪੰਜਾਬ ਤੋਂ, ਪੰਜਾਬ ਇੱਡਾ ਛੋਟਾ ਨਹੀਂ ਬਹੁਤ ਵੱਡਾ, ਪੰਜਾਬ ਤੋਂ ਕਿੱਥੋਂ ਹੋ ਤੁਸੀਂ? ਨਹੀਂ, ਆਈ ਵਾਜ਼ ਬੋਰਨ ਇਨ ਫਰੀਦਕੋਟ ਐਂਡ ਆਈ ਵਾਜ਼ ਬਰਟ ਅਪ ਇਨ ਚੰਡੀਗੜ੍ਹ, ਸੋ ਬੇਸਿਕਲੀ ਫਰੋਮ ਓਬਵੀਅਸਲੀ ਛੋਟਾ ਜਿਹਾ ਪੰਜਾਬ ਹੈ, ਸੋ ਆਈ ਐਮ ਫਰੋਮ ਆਲ ਓਵਰ। ਨਹੀਂ, ਛੋਟਾ ਨਾ ਕਹੋ ਜੀ, ਸਾਡੇ ਦਿਲ ਵੀ ਵੱਡੇ ਨੇ, ਸਾਡੀਆਂ ਜ਼ਮੀਨਾਂ ਵੀ ਵੱਡੀਆਂ ਨੇ। ਲੇਕਿਨ ਤੁਸੀਂ ਹੁਣ ਹਾਊ ਡੂ ਯੂ ਟੈਂਡ ਟੂ ਡੂ ਯੋਰ ਮਾਡਲਿੰਗ ਔਰ ਦਿਸ ਫਿਲਮ ਮੇਕਿੰਗ ਸਟੱਫ ਆਊਟ ਆਫ ਪੰਜਾਬ, ਔਰ ਹੈਵ ਯੂ ਮੂਵਡ ਔਨ ਟੂ ਐਨੀ ਅਦਰ ਸਿਟੀ ਨਾਓ? ਮਾਈ ਮਾਡਲਿੰਗ ਐਕਚੁਲੀ ਵਟ ਹੈਪਨ, ਆਈ ਮੂਵ ਟੂ ਯੂ ਐਸ ਟੂ ਨਿਊਯਾਰਕ ਫਾਰ, ਆਈ ਵਾਜ਼ ਦੇਅਰ ਫਾਰ ਆਲਮੋਸਟ 4 to 5 ਈਅਰਸ, ਸੋ ਸਡਨਲੀ ਆਈ ਸਟਾਰਟਡ ਮਾਈ ਮਾਡਲਿੰਗ ਫਰੋਮ ਯੂ ਐਸ, ਸੋ ਇਟ ਵਾਜ਼ ਅ ਪਲੈਨ, ਤਾਂ ਆਪਣੇ ਆਪ ਹੀ ਹੋ ਗਿਆ, ਸੋ ਇਟ ਵਾਜ਼ ਨੈਵਰ ਪ੍ਰੀ ਪਲੈਨ ਥਿੰਗ, ਸੋ ਇਟ ਜਸਟ ਹੈਪਨ, ਆਈ ਜਸਟ ਹੈਪਨ ਟੂ ਕਮ ਇਨ ਟੂ ਮਾਡਲਿੰਗ ਐਂਡ ਐਕਟਿੰਗ, ਯੂ ਨੋ, ਸੋ ਆਈ ਵਾਜ਼ ਡੂਇੰਗ ਮਾਡਲਿੰਗ ਐਂਡ ਉਸ ਤੋਂ ਬਾਅਦ ਮੈਂ ਇੰਡੀਆ ਮੂਵ ਕੀਤਾ ਅਰਾਊਂਡ 2 ਈਅਰਸ ਬੈਕ, ਸੋ ਇਟ ਵਾਜ਼ ਗੋਇੰਗ ਗੁੱਡ, ਆਈ ਵਾਜ਼ ਫਰੋਮ ਵਨ ਆਫ ਦਾ ਟੋਪ ਮਾਡਲਸ ਫਰੋਮ ਨਿਊ ਡੈਲੀ, ਆਈ ਵਾਜ਼ ਇਨ ਨਿਊ ਡੈਲੀ, ਸੋ ਅੱਛਾ ਚੱਲ ਰਿਹਾ ਸੀਗਾ ਐਂਡ ਸਡਨਲੀ ਆਈ ਗੋਟ ਆਫਰ ਫਾਰ ਮੂਵੀਜ਼, but I was never interested, but only thing was this Daddy Cool Munde Phool, this was a Punjabi movie, so it was more easy for me also, kyunki obviously being from Punjab, Punjabi aandi hai, so it was very easy, so I just thought ke chalo theek hai, let's give it a try, so somehow they just took my audition, so they liked obviously Punjabi, ਉਹਨਾਂ ਨੂੰ ਕੋਈ ਕੁੜੀ ਚਾਹੀਦੀ ਸੀਗੀ ਜਿਹਨੂੰ ਪੰਜਾਬੀ ਬੋਲਣੀ ਆਉਂਦੀ ਹੈ ਔਰ ਲੁਕਸ ਵਾਈਜ਼ ਲਾਈਕ ਜੋ ਪੰਜਾਬੀ ਲੱਗੇ, ਸੋ ਦੈਟਸ ਹਾਊ ਆਈ ਗੋਟ ਦਿਸ ਪੰਜਾਬੀ ਮੂਵੀ ਐਂਡ ਇਟ ਟਰਨ ਆਊਟ ਟੂ ਬੀ ਰੀਅਲੀ ਗੁੱਡ, ਸੋ ਐਕਟਿੰਗ ਆਈ ਥਿੰਕ ਆਈ ਨੈਵਰ ਥੋਟ ਟੂ ਗੋ ਇਨ ਟੂ ਐਕਟਿੰਗ, ਬਟ ਆਈ ਐਮ ਰੀਲੀ ਲਵਿੰਗ ਇਟ ਨਾਓ, ਸੋ ਆਈ ਐਮ ਗੋਣਾ ਗਿਵ ਇਟ ਅ ਟਰਾਈ। ਇਹ ਜਿਹੜਾ ਤੁਹਾਡਾ ਟੋਰਾਂਟੋ ਫੈਸ਼ਨ ਫੈਸਟੀਵਲ ਹੈ, ਇਹਦੇ 'ਚ ਇਨਵੋਲਵਮੈਂਟ ਕਿਸ ਤਰ੍ਹਾਂ ਹੋਈ ਹੈ? ਵੀ ਇਤਫਾਕ ਸੀ ਜਾਂ ਪਲਾਨ ਸੀ ਜਾਂ ਹਾਊ ਯੂ ਗਾਟ ਇਨਵੋਲਵ? ਫੈਸਟੀਵਲ ਆਈ ਵਾਜ਼ ਹੇਅਰ ਲਾਸਟ ਈਅਰ ਟੂ, ਆਈ ਡੋਨਟ ਨੋ ਲਾਈਕ ਸਾਰਿਆਂ ਨੂੰ ਯਾਦ ਹੋਏਗਾ ਕਿ ਨਹੀਂ ਹੋਏਗਾ, ਬਟ ਆਈ ਵਾਜ਼ ਹੇਅਰ ਲਾਈਕ ਔਨ ਲਾਸਟ ਫੈਸ਼ਨ ਫੈਸਟੀਵਲ ਟੂ, ਐਂਡ ਦੇ ਜਸਟ ਕਾਲ ਫਿਊ ਮਾਡਲਸ ਫਰੋਮ ਇੰਡੀਆ, ਫਿਊ ਟੋਪ ਮਾਡਲਸ ਫਰੋਮ ਇੰਡੀਆ ਲਾਈਕ ਅੰਚਲ ਕੁਮਾਰ, ਪ੍ਰਿਯਾ ਤ੍ਰਿਵੇਦੀ ਐਂਡ ਸਾਰੇ ਮਾਡਲਸ ਬੋਂਬੇ ਤੋਂ ਆਏ ਸੀਗੇ, 4-5 ਮਾਡਲਸ ਬੋਂਬੇ ਤੋਂ ਆਏ ਸੀਗੇ, ਸੋ ਵੀ ਆਲ ਕੇਮ ਫਰੋਮ ਵਿਦ ਵਿਕਰਮ ਫਾਈਂਡਿਸ, ਵੀ ਆਲ ਕੇਮ ਫਰੋਮ ਇੰਡੀਆ ਲਾਸਟ ਈਅਰ, ਐਂਡ ਦਿਸ ਈਅਰ ਆਈ ਵੁੱਡ ਸੇ ਕਿ ਅਸੀਂ ਸਿਰਫ 2-3 ਮਾਡਲਸ ਆਏ ਗਏ ਆ ਫਰੋਮ ਇੰਡੀਆ,
ਐਂਡ ਕੁਛ ਮਾਡਲ ਸਾਡੇ ਪਾਕਿਸਤਾਨ ਤੋਂ ਆ ਰਹੇ ਹੈ, ਕੁਛ ਸਾਡੇ ਲੋਕਲ ਮਾਡਲਸ ਨੇ. ਸੋ ਦੈਟਸ ਵਾਈ ਆਈ ਗੋਟ ਇਨਵੋਲਵ ਇਨ ਫੈਸ਼ਨ ਫੈਸਟੀਵਲ. ਐਂਡ ਓਬਵੀਅਸਲੀ ਦਿਸ ਇਜ਼ ਅ ਰੀਅਲੀ ਬਿਗ ਫੈਸਟੀਵਲ ਆਫ ਟੋਰਾਂਟੋ. ਆਈ ਥਿੰਕ ਕਾਫੀ ਲੋਕਾਂ ਨੇ ਸਪੋਰਟ ਕੀਤਾ ਲਾਸਟ ਈਅਰ ਆਲਸੋ, ਲੋਕਾਂ ਨੂੰ ਬਹੁਤ ਪਸੰਦ ਆਇਆ ਸੀਗਾ. ਸੋ ਵੀ ਆਰ ਜਸਟ ਹੋਪਿੰਗ ਕਿ ਦਿਸ ਈਅਰ ਅਸੀਂ ਉਹਨੂੰ ਥੋੜ੍ਹਾ ਜਿਹਾ ਬਿਗ ਲੈਵਲ 'ਤੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ. ਸੋ ਲਾਈਕ ਇਨ ਦੈਟ ਵੇ, ਲਾਈਕ ਯੂ ਨੋ ਆਲ ਦਾ ਡਿਜ਼ਾਇਨਰਸ ਫਰੋਮ ਲਾਈਕ ਇੰਡੀਆ, ਡਿਜ਼ਾਇਨਰਸ ਆਰ ਕਮਿੰਗ, ਵਿਕਰ ਫਾਈਂਡਿਸ ਇਜ਼ ਕਮਿੰਗ ਫਰੋਮ ਇੰਡੀਆ, ਐਂਡ ਦੈਨ ਕੈਰਾ ਇਜ਼ ਕਮਿੰਗ ਫਰੋਮ ਪਾਕਿਸਤਾਨ, ਐਂਡ ਦੈਨ ਡਰੀਮ ਕਟਿਓਰ ਐਂਡ ਸਾਈ ਬੱਚਨ ਦੇ ਆਰ ਫਰੋਮ ਟੋਰਾਂਟੋ. ਤਾਂ ਪਿਛਲੇ ਸਾਲ ਵੀ ਕਾਫੀ ਫੈਸ਼ਨ ਡਿਜ਼ਾਈਨਰ ਸਨ, ਫੈਸ਼ਨ ਡਿਜ਼ਾਈਨਰਸ ਈਵਨ ਕੇਮ ਫਰੋਮ ਇਜਿਪਟ, ਫੈਸ਼ਨ ਡਿਜ਼ਾਈਨਰਸ ਕੇਮ ਫਰੋਮ ਦੁਬਈ. ਯੈਸ, 5-6 ਕੰਟਰੀਜ਼ ਦੀ ਇਨਵੋਲਵਮੈਂਟ ਸੀ ਐਸ ਫੈਸ਼ਨ ਫੈਸਟੀਵਲ ਦੇ ਵਿੱਚ. ਸੋ ਹਾਊ ਆਰ ਦੀ ਥਿੰਗਸ ਗੋਇੰਗ ਔਨ ਰਾਈਟ ਨਾਓ, ਔਰ ਤਿਆਰੀ ਕਿਸ ਤਰ੍ਹਾਂ ਚੱਲ ਰਹੀ ਹੈ, ਔਰ ਕਦੋਂ ਹੋਣ ਜਾ ਰਿਹਾ ਫੈਸ਼ਨ ਸ਼ੋ? ਸਾਡੀ ਤਿਆਰੀ ਓਬਵੀਅਸਲੀ ਬਹੁਤ ਜੋਸ਼ ਸ਼ੋਰਾਂ ਨਾਲ ਚੱਲ ਰਹੀ ਹੈ. ਆਈ ਐਮ ਹੇਅਰ, ਸਾਡੇ ਕੁਛ ਮਾਡਲਸ 1-2 ਦਿਨਾਂ 'ਚ ਪਹੁੰਚ ਜਾਣਗੇ ਇੱਥੇ. ਅਸੀਂ ਇੰਟਰਨੈਸ਼ਨਲ ਫੈਸ਼ਨ ਫੈਸਟੀਵਲ ਵਿਚ ਇਜ਼ ਔਰਗਨਾਈਜ਼ ਬਾਈ ਐਬਸੋਲਿਊਟ ਕਲਚਰ, ਇਟਸ ਔਨ 24th of May ਐਟ ਰੈਡੀਸਨ ਹੋਟਲ ਐਟ ਗ੍ਰੈਂਡ ਵਿਕਟੋਰੀਅਨ ਕਨਵੈਨਸ਼ਨ ਸੈਂਟਰ ਰੈਡੀਸਨ ਹੋਟਲ. ਕਾਫੀ ਅੱਛੀ ਤਿਆਰੀ ਚੱਲ ਰਹੀ ਹੈ ਸਾਡੀ. ਨੇਹਾ ਧੂਪੀਆ ਇਜ਼ ਕਮਿੰਗ, ਸ਼ੀ ਇਜ਼ ਗੋਨਾ ਬੀ ਅ ਸ਼ੋ ਸਟਾਪਰ ਫੋਰ ਵਨ ਆਫ ਦਾ ਡਿਜ਼ਾਈਨਰ ਨੇਹਾ ਧੂਪੀਆ. ਐਂਡ ਵਿਕਰਮ ਫਾਈਂਡਿਸ ਇਜ਼ ਹੇਅਰ, ਲਾਈਕ ਐਵਰੀਬਡੀ ਨੋ ਵਿਕਰਮ ਫਾਈਂਡਿਸ. ਐਂਡ just now we got to know Malaika Arora Khan, she is also coming. So kafi achhi taiyari chal rahi hai sadi. So I'm just hoping ke sareyanu, I mai bolangi sareyanu ke just take your tickets and just be there on 24th of May at Grand Victorian Convention Center. And us to bas sadi after party bhi aayegi hai 24th nu, assi fashion show kar rahe ha. Us to baad then assi we are doing after party on 25th of May at House of Moments, which is again very very exciting event of the year, I think. Very very exciting. And us to baad pichle saal bhi kafi events san, boat cruise bhi hoya si, right. Fashion festival da after parties bhi san, aur kafi introduction hoya si, to jankari kafi si. Pichli wari bhi dekhan ch aaya ki jehda local talent hai, kyunki local talent da vi sade Canada de vich ik ਭੰਡਾਰ ਲੱਗਾ ਹੋਇਆ ਹੈ, ਅਸੀਂ ਗੱਲ ਉਹਦੀ ਵੀ ਕੋਈ ਸ਼ੋਕੇਸਿੰਗ ਹੈ, ਉਹਨਾਂ ਬੱਚਿਆਂ ਨੂੰ ਵੀ ਕੋ ਅੱਗੇ ਜਾਣ ਦੇ ਚਾਂਸਸ ਹਨ? ਯੈਸ ਯੈਸ ਯੈਸ, ਲਾਸਟ ਈਅਰ ਕੀ ਹੋਇਆ ਸੀਗਾ ਕਿ ਵੀ ਵਰ ਲਾਈਕ ਕੈਰਿੰਗ ਲੋਟ ਆਫ ਮਾਡਲਸ ਫਰਮ ਇੰਡੀਆ ਐਂਡ ਪਾਕਿਸਤਾਨ ਮੋਰ, ਪਰ ਦਿਸ ਈਅਰ ਅਸੀਂ ਸਿਰਫ ਜ਼ਿਆਦਾ ਤੋਂ ਜ਼ਿਆਦਾ ਮਾਡਲਸ ਅਸੀਂ ਇੱਥੋਂ ਕੈਨੇਡਾ ਤੋਂ ਲੈ ਰਹੇ ਹਾਂ, ਫਰਮ ਟੋਰਾਂਟੋ ਲੈ ਰਹੇ ਹਾਂ. ਓਬਵੀਅਸਲੀ ਵੀ ਵਾਂਟ ਟੂ ਗਿਵ ਚਾਂਸ ਟੂ ਆਲ ਦਾ ਲਾਈਕ ਲੋਕਲ ਟੈਲੈਂਟ. ਓਬਵੀਅਸਲੀ ਲਾਈਕ ਯੂ ਸੈਡ ਕਿ ਕਾਫੀ ਅੱਛਾ ਟੈਲੈਂਟ ਭਰਿਆ ਹੋਇਆ ਟੋਰਾਂਟੋ, ਬਹੁਤ ਜ਼ਿਆਦਾ ਬੱਚੇ ਬੱਚਿਆਂ ਦਾ. ਔਰ ਮੈਂ ਵੀ ਪੁੱਛਣਾ ਚਾਹਾਂਗਾ ਕਿ ਸਿਰਫ ਲੜਕੀਆਂ ਦੇ ਵਾਸਤੇ ਜ਼ਿਆਦਾ ਚਾਂਸਸ ਨੇ ਕਿ ਕੋਈ ਮੇਲ ਮਾਡਲਸ ਵੀ, ਬੱਚੇ ਵੀ ਬਹੁਤ ਅੱਛੇ ਹੈ, ਲੜਕੇ ਵੀ ਬੜੇ ਅੱਛੇ ਮਾਡਲ ਕਰਦੇ ਹੈ. ਬਟ ਮੋਸਟਲੀ ਕੀ ਹੈਗਾ, ਜੋ ਸਾਡੀ ਕਲੈਕਸ਼ਨ ਹੈਗੀ ਹੈ, ਦਿਸ ਇਜ਼ ਮੋਰ ਲਾਈਕ ਗਰਲਸ ਕਲੈਕਸ਼ਨ, ਲਾਈਕ ਬ੍ਰਾਈਡਲ ਐਂਡ ਵੈਸਟਰਨ ਐਂਡ ਜਿਊਲਰੀ. ਅਗਰ ਵੈਡਿੰਗ ਕਲੈਕਸ਼ਨ ਦੀ ਗੱਲ ਕਰੋ, ਉਹਦੇ 'ਚ ਦੁਲਾ ਮੀਆਂ ਵੀ ਤਾਂ ਹੁੰਦਾ ਨਾ, ਮੇਰੀ ਦੁਲਹਨ ਤਾਂ ਨਹੀਂ ਹੁੰਦੀ? ਨਹੀਂ, ਵੈਰੀ ਟਰੂ, ਦੁਲਹਾ ਵੀ ਹੁੰਦਾ ਉਹਦੇ ਵਿੱਚ. ਪਰ ਇਹ ਹੈ ਕਿ ਲਾਈਕ ਜੋ ਸਾਡੇ ਡਿਜ਼ਾਈਨਰ ਦੀ ਕਲੈਕਸ਼ਨ ਹੈਗੀ ਹੈ, ਦਿਸ ਇਜ਼ ਮੋਰ ਫੋਰ ਦਾ ਗਰਲਸ. ਆਈ ਥਿੰਕ ਦੇ ਆਰ ਫਿਊ ਬੋਇਜ਼ ਆਲਸੋ ਕਮਿੰਗ ਫੋਰ ਦਾ, ਵੀ ਹੈਵ ਲਾਈਕ ਕਲੈਕਸ਼ਨ ਫੋਰ ਬੋਇਜ਼ ਆਲਸੋ, ਬਟ ਆਈ ਥਿੰਕ ਜ਼ਿਆਦਾ, ਆਈ ਐਮ ਸੋ ਸੌਰੀ ਟੂ ਸੇ. ਨਹੀਂ ਨਹੀਂ, ਸੌਰੀ ਨਹੀਂ, ਸਾਡੇ ਵਾਸਤੇ ਤਾਂ ਬਰਾਬਰ ਨੇ, ਲੇਕਿਨ ਜਦੋਂ ਮੈਸੇਜ ਭੇਜਣਾ ਬਾਹਰ ਤੇ, ਤਾਂ ਕਿ ਮੇਲ ਮਾਡਲਸ ਦੇ ਵਿੱਚ ਵੀ ਬਹੁਤ ਵਧੀਆ ਟੈਲੈਂਟ ਹੈਗਾ. ਕਈ ਬਾਲੀਵੁੱਡ ਦੇ ਵਿੱਚ ਕਈ ਬੈਠੇ ਨੇ ਜਿਹੜੇ ਮਾਡਲਿੰਗ ਤੋਂ ਉੱਠ ਕੇ ਗਏ ਨੇ, ਸ਼ਾਹਰੁਖ ਖਾਨ ਸਾਹਿਬ ਨੇ, ਜੌਨ ਅਬਰਾਹਮ ਨੇ, ਸਾਰੇ ਮੋਸਟ ਆਫ ਦਾ ਜੋ ਵੀ ਆਪਣੇ ਅੱਛੇ ਹੀਰੋਸ ਨੇ ਉਹ ਮਾਡਲਿੰਗ ਤੋਂ ਹੀ ਉੱਠ ਕੇ ਗਏ ਨੇ, ਨੋ ਡਾਊਟ ਇਨ ਇਟ. ਸੋ ਅੱਛਾ, ਤੇ ਇਹਦੀ ਤਿਆਰੀ ਕਿਸ ਤਰ੍ਹਾਂ ਚੱਲ ਰਹੀ ਹੈ? ਡੂ ਯੂ ਹੈਵ ਕਿ ਕੋਈ ਇਹਦੀਆਂ ਆਡੀਸ਼ਨਸ ਹੁੰਦੀਆਂ ਨੇ, ਕਿਸ ਤਰ੍ਹਾਂ ਤੁਸੀਂ ਪਿਕ ਕਰਦੇ ਹੋ, ਇਹਦਾ ਕੋਈ ਤਰੀਕਾ ਕਰ ਦੱਸੋਗੇ? ਯੈਸ, ਅਸੀਂ ਜਦੋਂ ਵੀ ਫੈਸ਼ਨ ਸ਼ੋਅ ਕਰਦੇ ਹਾਂ, ਵੀ ਆਲਵੇਜ਼ ਕੀਪ ਆ ਆਡੀਸ਼ਨ. Just now, I just landed to Toronto, but yes, Absolute Culture, who is organizing the show, unhone hune audition kita hai the, so for the local talent. Ji. They did the audition, and no doubt, unhone bahut hi acche talented girls and boys unhone mile hai. So they have already finalized the girls and boys for the show. So everybody is already finalized. We'll start rehearsals like next week. I think show is on 24th, so we always start rehearsals like 3-4 days ago. So sadi rehearsals hundiyan, 2 din de rehearsals hundiyan, then obviously all the designers, they do fittings for all the models, and we do fittings and we do rehearsals. We just like, you can say, we just like polish them, taaki show te ja ke they are proper ready
ਟੂ ਰੌਕ ਦਾ ਸ਼ੋ ਯੂ ਨੋ ਹਾਂਜੀ ਹਾਂਜੀ ਬਿਲਕੁਲ ਯੈਸ ਪਿਛਲੀ ਵਾਰੀ ਵੀ ਸਾਡੇ ਨੂੰ ਇਤਫਾਕ ਹੋਇਆ ਵਿਕਰਮ ਫਰਨਸ ਦਾ ਇੰਟਰਵਿਊ ਕਰਨ ਨੂੰ ਅਤੇ ਮੈਂ ਪ੍ਰੈਕਟਿਸ ਸੈਸ਼ਨ 'ਚ ਵੀ ਪਿਛਲੀ ਵਾਰੀ ਗਿਆ ਸੀ ਦੋ ਤਿੰਨ 'ਤੇ Wow. He is sometimes very hard on the models too and I told him that but a lot of hard work goes into it I sirf lagda hai je ke ek stage lagi ode te catwalk hui is tarah hunda nahi in fact everybody works very hard and especially these young people they take time out aur inne zyada involved aur interested hunde ne jin dekh ke khushi hundi hai very true it's a lot of hard work it's not easy dekhan nu lagda hai ke yes ramp walk is very easy or fashion or modeling is very easy but nahi you have to give your time it's very very hard working job because on ramp you have to look good that's why people gonna like you of course if you have to look good you have to bring that excitement in audience you know so it's a lot of hard work but yeah I mean we have like really good talented people so they are good in it ek choti ji break lene ha fir wapas aake gal baat nu jari rakhange we'll be right back after these messages gal baat chal rahi hai toronto fashion festival di gal baat nu jari rakhange stay tuned ਵਿਆਹ ਸ਼ਾਦੀ ਦੀ ਯਾਦਗਾਰ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਫਿਲਮਾਉਣ ਲਈ ਇੱਕ ਟਰੱਸਟਵਰਦੀ ਨਾਮ ਪਲੈਟੀਨਮ ਪ੍ਰੋਡਕਸ਼ਨਸ ਜਿਨ੍ਹਾਂ ਨੂੰ ਹਾਈ ਡੈਫੀਨੇਸ਼ਨ ਫਿਲਮਾਂ ਬਣਾਉਣ ਦਾ ਇੱਕ ਲੰਮਾ ਤਜਰਬਾ ਹੈ ਤੁਹਾਡੀ ਐਡਿਟ ਕੀਤੀ ਫਿਲਮ 4 to 6 ਹਫ਼ਤੇ ਵਿੱਚ ਦੇਣ ਦਾ ਵਾਅਦਾ ਵੀ ਕਰਦੇ ਹਨ ਅਤੇ ਰੇਟ ਵੀ ਬਹੁਤ ਕੰਪੈਟੀਟਿਵ ਹਨ ਆਪਣੇ ਆਉਣ ਵਾਲੇ ਕਿਸੇ ਵੀ ਫੰਕਸ਼ਨ ਦੀ ਵੀਡੀਓ ਦੀ ਬੁਕਿੰਗ ਲਈ 416-410-8544 'ਤੇ ਫੋਨ ਕਰੋ ਪਲੈਟੀਨਮ ਪ੍ਰੋਡਕਸ਼ਨਸ 416-410-8544 Welcome back to the show Community Buzz which you are watching on South Asian Trend every Saturday 11 baje tusi eh show dekhde ho jide bare ch assi ehi gal baat karna chahne ha ki community ch ki happen ho reha hai aur community da matlab sirf South Asian community nahi jis tarah ajj assi fashion industry di gal kar rahe hain fashion industry kise vi ik qaum di ik khitte di nahi numayish kardi fashion is for everybody insaan nu khoobsurat banan da khoobsurat rehn da har ik nu adhikar hai ਔਰ ਉਹਦੇ ਵਾਸਤੇ ਉਹਦਾ ਕਿਸੇ ਵੀ ਮਜ਼ਹਬ ਨੂੰ ਕਿਸੇ ਵੀ ਕੌਮ ਨੂੰ ਬਿਲੋਂਗ ਕਰਨਾ ਜ਼ਰੂਰੀ ਨਹੀਂ ਵੈਲਕਮ ਬੈਕ ਮਿਸ ਢਿੱਲੋਂ ਅਸੀਂ ਗੱਲਬਾਤ ਕਰ ਰਹੇ ਸੀ ਟੋਰਾਂਟੋ ਫੈਸ਼ਨ ਫੈਸਟੀਵਲ ਦੀ ਹੁਣ ਤੁਸੀਂ ਇਹ ਦੱਸੋ ਕਿ ਜਿਹੜੇ ਕਿਹੜੇ ਕਿਹੜੇ ਡਿਜ਼ਾਈਨਰਸ ਨੇ ਔਰ ਉਹਨਾਂ ਦੀ ਕੀ ਸਪੈਸ਼ਲਿਟੀਜ਼ ਨੇ ਔਰ ਉਹਨਾਂ ਦੇ ਸ਼ੋਜ਼ ਕਦੋਂ ਕਦੋਂ ਹੋ ਰਹੇ ਨੇ ਕਿਉਂਕਿ ਸਮ ਪੀਪਲ ਆਰ ਮੋਰ ਇੰਟਰਸਟਿਡ ਕਿ ਬਰਾਈਡਸ ਕਿਸ ਤਰ੍ਹਾਂ ਬਣਦੀਆਂ ਨੇ ਅਤੇ ਉਹਨਾਂ ਦਾ ਕਿਹੜਾ ਸ਼ੋਅ ਹੈ ਦੂਜੇ ਆਫਿਸ ਵੇਅਰ 'ਚ ਇੰਟਰਸਟਿਡ ਨੇ ਤੀਸਰੇ ਹੋ ਸਕਦਾ casual wear ch interested hon te categories te tode vi hundiyan hon giyan yes we do have categories jive I just told you we have all the top designers like Vikram Fendi is from India and Kara from Pakistan so I'll tell you one by one like Vikram Fendi he was here last year so I'm sure sare ne unadi collection dekhi hai gaya he goes with more like Indian bridal and casual wear mix he always go with the traditional no the casual yes, no mix kar den traditional mix nu hamesha like unna nu mix karke chalde ne ho and unna di collection this is he always had this very classy look for the traditional which doesn't look over ਜ਼ਿਆਦਾ ਓਵਰ ਵੀ ਨਹੀਂ ਲੱਗਦਾ ਹੈਗਾ ਤਾਂ ਜੋ ਸਾਰੀ ਏਜ ਗਰੁੱਪ ਨੂੰ ਆਈ ਥਿੰਕ ਸੂਟ ਕਰਦਾ ਹੈਗਾ ਜੋ ਸਾਰੀ ਏਜ ਗਰੁੱਪ ਦੇ ਪ੍ਰੈਫਰ ਵਿਕਰਮ ਫੈਂਡੀਸ ਦੀ ਕਲੈਕਸ਼ਨ ਸੋ ਉਹਨਾਂ ਦਾ ਇੱਕ ਬੜਾ ਵੱਡਾ ਨਾਂ ਹੈ ਔਰ ਬੜੇ ਬੜੇ ਵੱਡੇ ਸਿਤਾਰਿਆਂ ਨਾਲ ਬਾਲੀਵੁੱਡ ਦੇ ਵਿੱਚ ਉਹਨਾਂ ਦਾ ਨਾਂ ਜੁੜਿਆ ਹੈ ਵੈਰੀ ਟ੍ਰੂ ਹੀ ਇਜ਼ ਐਨੀਵੇ ਵੈਰੀ ਵੈਲ ਨੋਨ ਡਿਜ਼ਾਈਨਰ ਬਿਲਕੁਲ ਬਿਲਕੁਲ ਇੰਡੀਆ ਯੂ ਨੋ ਸੋ ਹੀ ਆਲਵੇਜ਼ ਕੀਪ ਦੈਟ ਇਨ ਮਾਈਂਡ ਕਿ ਉਹ ਜੋ ਵੀ ਉਹਨਾਂ ਦੀ ਕਲੈਕਸ਼ਨ ਹੋ ਇਟ ਗੋਜ਼ ਵਿਦ ਫॉर ਆਲ ਦਾ ਏਜ ਗਰੁੱਪ ਫਰੋਮ ਯੰਗਸਟਰਸ ਤੋਂ ਲੈ ਕੇ ਓਲਡ ਏਜ ਸਾਰਿਆਂ ਨੂੰ ਉਹਨਾਂ ਦਾ ਬਹੁਤ ਹੀ ਸਵੀਟ ਐਂਡ ਹੀ ਆਲਵੇਜ਼ ਗੋ ਵਿਦ ਵੈਰੀ ਵੈਰੀ ਲਾਈਟ ਐਂਡ ਵੈਰੀ ਸਵੀਟ ਕਲਰਸ ਜੋ ਸਾਰਿਆਂ ਨੂੰ ਸੂਟ ਕਰਦੇ ਆ ਉਹਨਾਂ ਦੀ ਆਪਣੀ ਪਰਸਨੈਲਿਟੀ ਵੀ ਬੜੀ ਸਟਲ ਦੇ ਔਰ ਜੋ ਕਰਦੇ ਨੇ ਬਹੁਤ ਸੋਚ ਕੇ ਔਰ ਠੋਸ ਤਰੀਕੇ ਨਾਲ ਕਰਦੇ ਵੈਰੀ ਟ੍ਰੂ ਵੈਰੀ ਟ੍ਰੂ ਹੀ ਇਜ਼ ਵੈਰੀ ਵੈਰੀ ਪਾਰਟਿਕੂਲਰ ਅਬਾਊਟ ਦੈਟ ਹਾਂਜੀ ਹਾਂਜੀ ਮਾਈਨਰ ਡਿਟੇਲਸ ਨੂੰ ਵੀ ਉਹ ਦੇਖਦੇ ਹਾਂਜੀ ਹਾਂਜੀ ਸੋ ਹੀ ਇਜ਼ ਗੁੱਡ ਸੋ ਐਵਰੀਬਾਡੀ ਇਜ਼ ਐਕਸਾਈਟਡ ਫॉर ਵਿਕਰਮ ਫੈਂਡੀਸ ਆਫ ਕੋਰਸ ਸੋ ਹੀ ਇਜ਼ ਗੋਨਾ ਕਲੋਜ਼ ਦਾ ਸ਼ੋ ਉਹ ਸਾਡੇ ਸ਼ੋਅ ਤੇ ਐਂਡ ਤੇ ਉਹਨਾਂ ਦਾ ਸ਼ੋਅ ਹੋਏਗਾ ਜਿਹਨੂੰ ਕਹਿੰਦੇ ਗ੍ਰੈਂਡ ਫਿਨਾਲੇ ਜਿਹਨੂੰ ਕਹਿੰਦੇ ਗ੍ਰੈਂਡ ਫਿਨਾਲੇ ਸੋ ਲਾਈਕ ਲਾਸਟ ਈਅਰ ਆਲਸੋ ਹੀ ਵਾਸ ਡੂਇੰਗ ਦਾ ਗ੍ਰੈਂਡ ਫਿਨਾਲੇ ਤੋ ਦਿਸ ਈਅਰ ਹਾਂਜੀ ਹਾਂਜੀ ਬਹੁਤ ਲਾਸਟ ਸ਼ੋਅ ਉਹਨਾਂ ਦਾ ਜਿਹੜਾ ਲਾਸਟ ਈਅਰ ਉਹਨਾਂ ਦਾ ਲਾਸਟ ਸ਼ੋਅ ਸੀ ਇਟ ਵਾਸ ਬ੍ਰੈਥਟੇਕਿੰਗ ਅਮੇਜ਼ਿੰਗ ਯੈਸ ਯੈਸ ਐਵਰੀਬਾਡੀ ਲਵਡ ਇਟ ਸੋ ਅਗੇਨ ਹੀ ਇਜ਼ ਗੋਨਾ ਬੀ ਡੂਇੰਗ ਦਾ ਗ੍ਰੈਂਡ ਫਿਨਾਲੇ
and then we have this kara from Pakistan. So like you know ki ajkal apne Punjabi ch vi trend aa gaya ki we prefer Pakistani clothes now. Pakistan vi talent da bhandar hai, koi do rahe nahi ohde ch, no doubt in it. And unna da ek vi hega ki Pakistani and Indian like and dona di choices bahut match kardiyan, because Pakistan of course this is also, that's also Punjab, right? So dona di main te hamesha kehna ke ਮਕਈ ਦੀ ਰੋਟੀ ਤੇ ਸਾਗ ਕਿਹੜਾ ਪਾਕਿਸਤਾਨ ਦਾ ਤੇ ਕਿਹੜਾ ਇੰਡੀਆ ਦਾ, ਬਿਕੋਜ਼ ਇਟਸ ਟੇਸਟ ਦ ਸੇਮ ਟੂ ਮੀ, ਐਕਚੁਅਲੀ ਵੈਰੀ ਟਰੂ, ਵੈਰੀ ਟਰੂ. ਸੋ ਉਹਨਾਂ ਦੀ ਜੋ ਕੈਰਾ ਦੀ ਜੋ ਕਲੈਕਸ਼ਨ ਹੈਗੀ ਆ, ਦੈਟਸ ਆਲਸੋ ਲਾਈਕ ਵੈਰੀ ਮਚ ਲਾਈਕ ਟ੍ਰੈਡੀਸ਼ਨਲ ਕਲੈਕਸ਼ਨ ਹੈਗੀ ਆ ਉਹਨਾਂ ਦੀ ਵੀ, ਐਂਡ ਹੀ ਆਲਵੇਸ ਮੇਕਸ ਟ੍ਰੈਡੀਸ਼ਨਲ ਐਂਡ ਵੈਸਟਰਨ ਟੂਗੈਦਰ. So he always do western. Last year we ko unhone Pakistan to designer bulaya san, member Kara was here last year, member parliament bhi ho san, haan ji aur unhone badi traditional dress show ki the last year bhi, very nice dresses. So I hope ke traditional dresses ne jehde Kara la ke aa rahe ne, haan ji, so they depict the culture, yeah, not the modernity, ke assi modernity de khilaf nahi, lekin kadi kadi ਸ਼ੁੱਧ ਕਲਚਰ ਵੀ ਵੇਖਣ ਦਾ ਬੜਾ ਮਜ਼ਾ ਆਉਂਦਾ ਹੈ. ਆਬਵੀਅਸਲੀ ਆਬਵੀਅਸਲੀ ਲਾਈਕ ਵੀ ਆਰ ਕਲਚਰ, ਸਪੈਸ਼ਲੀ ਪੰਜਾਬੀ ਕਲਚਰ ਇਜ਼ ਲਾਈਕ ਦੈਟ, ਵੀ ਆਲਵੇਸ ਵੈਰੀ ਰਿਚ ਕਲਚਰ, ਵੈਰੀ ਰਿਚ ਕਲਚਰ, ਵੀ ਆਲਵੇਸ ਗੋ ਵਿਦ ਟ੍ਰੈਡੀਸ਼ਨਲ, ਯੂ ਨੋ ਇਟ ਆਲਵੇਸ ਲੁੱਕ ਗੁੱਡ, ਨੋ ਡਾਊਟ, ਐਬਸੋਲੂਟਲੀ ਐਬਸੋਲੂਟਲੀ, ਯਾ. So Kara is there, of course, he was here last year also, so Sara ne unna di connection dekhi hoyi hai, so he is anyway amazing, no doubt amazing, very good talented designer from Pakistan. And then we have like Dream Couture. Dream Couture Toronto thi hai ke nahi, unadi he she is gonna open the show, so she is gonna open the show, like we come gonna ladies close the show. Designers we hain nahi hai gaya yes, finally ladies designers, okay, main Pakistan ch hun election ho ke hatya, 150 ਲੇਡੀਜ਼ ਨੇ ਇਲੈਕਸ਼ਨ ਵਾਸਤੇ ਆਪਣੀ ਨੋਮੀਨੇਸ਼ਨਸ ਫਾਈਲ ਕੀਤੀਆਂ ਸਨ, ਉਹਦੇ ਚੋਂ ਸਿਰਫ 6 ਜਿੱਤੀਆਂ ਨੇ, ਤੇ ਅਸੀਂ ਲੇਡੀਜ਼ ਨੂੰ ਕਾਫੀ ਅੱਗੇ ਆਉਣ ਤੋਂ ਰੋਕਨੇ ਆ, ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਲੇਡੀਜ਼ ਆਲਵੇਸ ਕਮ ਇਨ ਫਰੰਟ, ਯੂ نو, ਐਬਸੋਲੂਟਲੀ, ਯਾ. ਅੱਛਾ, ਤੇ ਉਹਨਾਂ ਦੇ ਬਾਰੇ ਚ ਗੱਲ ਹੋ ਰਹੀ ਸੀ, ਡ੍ਰੀਮ ਕਟਿਓਰ ਇਜ਼ ਹੇਅਰ, ਸ਼ੀ ਉਹ ਕੈਨੇਡਾ ਤੋਂ ਹੀ ਨੇ, ਉਹ ਇੱਥੇ ਹੀ ਨੇ ਕੈਨੇਡਾ ਤੋਂ ਨੇ, ਸ਼ੀ ਇਜ਼ ਫਰਮ ਮਿਸਾਗਾ ਓਨਲੀ, ਅੱਛਾ ਜੀ, ਯਾ, ਐਂਡ ਸ਼ੀ ਇਜ਼ very, she is also Pakistan, she also have like Pakistan that trend. Achha, she is amazing, I mean she is really good, ona di jo collection hai gaya, what she is doing, she is also mixing western and Indian both. Why? Because aajkal tusi dekhe hi hoega apne even weddings se bhi people prefer like somehow thoda trend change ho gaya hai ki jo big weddings hundi hain aajkal loki thoda ohde ch modern kapde bhi leke aane, oh heavy stuff nahi like karde jehda pehle ladya ladaya hunda si, yeah yeah, to obviously aajkal di girls you know they prefer ke thoda light hoye which looks good also, so they, I think this trend is coming from this Christian culture, so all the like gowns, wedding gowns and all they are coming, so she is mixing traditional heavy bridal and also she is mixing with this western dresses. Western dresses means that this is all, this is also wedding dresses, but like gowns type of dresses, you know, like little bit halka from all the like heavy lehengas and all, but very classy, very 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 classy look she is coming up with it. So she is again very talented and very obviously well known designer from here. So she is here, she is going to open the show, her show is anyway big show, and uske baad sade hai gaya Sai Bachchan. Sai Bachchan unka bhi bahut vadhiya naam hai jewelry ch especially, han tonu da pata hi hoega, I mean I think it's a very well known name from again from Toronto, so unna da hai ga jewelry leke aa reha Sai Bachchan. Onadi obviously what we thought like we have all the designers jinna de traditional dresses hai gaye western dresses hai gaye, so why not to change like something put something different in it, right? So ek da si socha si ga ki kuch jewelry bhi pa dena which and anyway Sai Bachchan is a well known name in Toronto, ladies jado taiyar hundiyan ne jewelry to bagair te unji adhuriyan ne, adhura obviously jaisi bridal collection leke aa rahe jewelry na leke aaye ta adhura ho jayega, absolutely ta adhura ho jayega, no doubt in it. So yeah, Sai Bachchan is here and asi unna da jewelry showcase kar rahe ha, and then we have couple of more designers, one is from US and again couple of more designers from Toronto, so it's going to be very very exciting show.
And another thing, like I told you, we are also doing the exhibition after the show. Achha ji. So yes, which is on, it's going to be 24th is a show, 25th is after party, 26th is an exhibition. Again, it's going to be at the same Grand Victorian Convention Center. Sara ji, is the venue Grand Victorian? No, the show and exhibition, this is at Grand Victorian and after party is at House of Moment. ਜਿਹੜਾ ਜਿਹੜਾ ਸ਼ੋਅ ਹੈ ਉਹ ਗ੍ਰੈਂਡ ਵਿਕਟੋਰੀਅਨ 'ਚ ਕਿਉਂਕਿ ਪਿਛਲੀ ਵਾਰੀ ਦੋ ਤਿੰਨ ਵੈਨਿਊ ਸਨ ਇੰਟਰਨੈਸ਼ਨਲ ਸੈਂਟਰ ਵੀ ਸੀ ਗ੍ਰੈਂਡ ਵਿਕਟੋਰੀਅਨ ਵੀ ਸੀ ਤੇ ਆਫ ਕੋਰਸ ਬੋਟ ਕਰੂਜ਼ ਹੋਈ ਸੀ ਉੱਥੇ ਪਾਣੀ ਜਿਹੀ ਹੋਣੀ ਸੀ ਆਬਵੀਅਸਲੀ ਦੈਟ ਵਾਸ ਇੰਪੋਸੀਬਲ ਇਨ ਕਨਵੈਨਸ਼ਨ ਸੈਂਟਰ ਤੇ ਐਟ ਕੀ ਮੇਨ ਵੈਨਿਊ ਇਜ਼ ਜਸਟ ਵਨ ਦ ਯਾ ਦੈਟਸ ਦ ਲਾਈਕ ਗ੍ਰੈਂਡ ਵਿਕਟੋਰੀਅਨ ਇਜ਼ ਅ ਮੇਨ ਵੈਨਿਊ ਯੈਸ ਦੈਟਸ ਫॉर द ਸ਼ੋਅ ਐਂਡ ਫॉर द ਐਗਜ਼ੀਬਿਸ਼ਨ ਸੋ ਐਗਜ਼ੀਬਿਸ਼ਨ ਅਗੇਨ ਇਟਸ ਲਾਈਕ ਐਕਸਾਈਟਿੰਗ ਫॉर ਆਲ ਦ ਲੇਡੀਜ਼ ਆਈ ਥਿੰਕ ਆਲ ਦ ਡਿਜ਼ਾਈਨਰਸ ਦੇ ਗੋਨਾ ਸ਼ੋਕੇਸ ਦੇਅਰ ਕਲੋਥਸ ਤਾਂ ਉਸ ਤੋਂ ਬਾਅਦ ਉਹ ਐਗਜ਼ੀਬਿਸ਼ਨਸ ਕਰ ਰਹੇ ਆ ਤੁਸੀਂ ਜਾ ਸਕਦੇ ਹੋ ਯੂ ਕੈਨ ਬਾਈ ਵਟ ਐਵਰ ਯੂ ਲਾਈਕ you can choose and it's very very exciting again exhibition especially for ladies tusi keh rahe sirf exciting hai ladies waste aadmi waste bhi hai meri agar beti khareedegi kuch te mainu bhi khushi hoegi acha payegi to is tarah insaan de kai rishte hunde ne so it's exciting for the whole family for I would the say. Whole family yeah that's true I'm agreeing te ohde che aam janta aake ਡਰੈਸਿਸ ਨੂੰ ਦੇਖ ਸਕਦੇ ਨੇ ਟਰਾਈ ਕਰ ਸਕਦੇ ਨੇ ਐਗਜ਼ੀਬਿਸ਼ਨ ਦੀ ਗੱਲ ਕਰ ਰਹੇ ਆ ਔਰ ਫਿਰ ਉਹਨੂੰ ਖਰੀਦਣਾ ਚਾਹਣ ਤੇ ਖਰੀਦ ਸਕਦੇ ਨੇ ਇਹ ਤੁਹਾਡਾ ਕਹਿਣ ਦਾ ਮਤਲਬ ਹੈ ਯੈਸ ਐਨੀਬਾਡੀ ਕੈਨ ਕਮ ਐਂਡ ਤੁਸੀਂ ਆ ਸਕਦੇ ਹੋ ਆਪਣਾ ਤੁਸੀਂ ਉੱਥੇ ਡਰੈਸਿਸ ਹੋਣਗੀਆਂ ਸ਼ੋਕੇਸ ਕੀਤੀਆਂ ਹੋਈਆਂ ਤੁਸੀਂ ਯੂ ਗੋਨਾ ਹੈਵ ਅ ਲੁੱਕ ਯੂ ਵਾਂਟ ਟੂ ਟਰਾਈ ਤੁਸੀਂ ਟਰਾਈ ਕਰ ਸਕਦੇ ਹੋ ਕੋਈ ਇਨਕੁਆਇਰੀ ਹੈਗੀ ਹੈ ਤੁਸੀਂ ਇਨਕੁਆਇਰੀ ਕਰ ਸਕਦੇ ਹੋ ਐਂਡ ਬੈਸਟ ਥਿੰਗ ਫਰਮ ਆਲ ਦ ਡਿਜ਼ਾਈਨਰਸ ਯੂ ਕੈਨ ਟੇਕ ਆਲ ਦ ਲਾਈਕ ਟਿਪਸ from designers absolutely yeah absolutely. That's like expert ne apni field yeah, de zahiri gal hai unko true so you can take all the tips from you know like few of the models also going to be there so you can take tips from models also so it's good for everybody yes acha te jehdi exhibition hai shows di te entry fees I'm pretty sure koi na koi tickets honge pichle saal bhi sa jehdi exhibition hai ede bhi ticket hunde ne exhibitions they tickets bhi hai gaya but aam janta bhi tickets hai gaya where you can get the like another vip treatment for the tickets and all but yes but no anybody can go and visit the exhibition there's nothing like ha tusi tickets loge ta hi tusi exhibition te ja sakte ho so it's basically an open invitation for everybody for the exhibition kyunki kai log show che nahi aa sakde ne duties ne masroof hunde ne yeah of course te oh exhibition che aa ke again they can get the tips they can meet the designers and yes. they can see the dresses on their own yeah on a yeah, personal basis yes on personal basis they can see the dresses they can take all the tips and you know like whatever you like you can pick up yes ਖਤਮ ਕਰਨ ਤੋਂ ਪਹਿਲੇ ਰੈਪ ਅਪ ਕਰਨ ਤੋਂ ਪਹਿਲੇ ਇੱਕ ਵਾਰੀ ਫਿਰ ਮੈਂ ਚਾਹਾਂਗਾ ਕਿ ਤੁਸੀਂ ਡੇਟਸ ਦੱਸੋ ਕਦੋਂ ਕਦੋਂ ਹੋ ਰਿਹਾ ਔਰ ਜੋ ਮੈਸੇਜ ਤੁਸੀਂ ਜਨਤਾ ਨੂੰ ਦੇਣਾ ਚਾਹੋ ਕਿ ਵਾਈ ਦੇ ਸ਼ੁੱਡ ਕਮ ਐਂਡ ਵਾਟ ਇਜ਼ ਇਨ ਦੇਅਰ ਫਾਰ ਦ ਕੈਨੇਡੀਅਨ ਯੂਥ ਇਹ ਮੈਸੇਜ ਦਿਓ Okay, I would say this International Fashion Festival, which is organized by Absolute Culture, which is happening on 24th of May at Grand Victorian Convention Center, Radisson Hotel. So, I will tell you all to say yes, pick your tickets and I'll see you at Grand Victorian 24th of May. There are many talented designers from India, from Pakistan, and of course, this time we are giving more chance to local talent. All the like very good talented designers and models are going to be there so I would say ke yes tusi sare nu hi request karangi ke tusi sare which is a very this is a really really big show of Toronto 24th of May tusi sare utthe pahuncho and we also have after party on 25th of May at House of Moment and another exciting thing for all the ladies and for all the kids and for everybody which is exhibition on 26th of May at same Grand Victorian Convention Center jithe tusi ja sakde ho sare jinne bhi designers aaye ne tusi saryan di collection dekh sakde ho if you want you can try if you want you can speak to designers few of the models gonna be there you want any tips any suggestion you can take it from them so this is a really really good opportunity for everybody I think ta mai bolangi ki ha to sing sare exhibition te bhi pakka jana you can pick up whatever you want you can buy all the designs from your favorite designers
So yes, it's going to be really good for you. And of course, 24th of May, it's very exciting for all the fans for Neha Dupia and Malaika Arora Khan. And of course, I would say me, Ihana Dhillon. So I would say, get to see sare apne apne tickets lo. And I'll see you there on 25th of May at Grand Victorian Convention Center. In conclusion, ਅਸੀਂ ਇਹੀ ਕਹਾਂਗੇ ਕਿ ਇਹ ਬੜੇ ਵੱਡੇ ਪੱਧਰ 'ਤੇ ਫੈਸ਼ਨ ਫੈਸਟੀਵਲ ਹੋਣ ਜਾ ਰਿਹਾ, ਟੋਰਾਂਟੋ ਫੈਸ਼ਨ ਫੈਸਟੀਵਲ ਹਰ ਸਾਲ ਹੁੰਦਾ, ਇਸ ਸਾਲ ਵੀ ਇਹਦੇ 'ਚ ਬਿਗ ਨੇਮਸ ਇਨਵੋਲਵ ਨੇ, ਲਾਈਕ ਮਲਾਇਕਾ ਅਰੋੜਾ ਖਾਨ, ਲਾਈਕ ਨੇਹਾ ਧੂਪੀਆ, ਇਹਾਨਾ ਢਿਲਨ, ਜਿਨ੍ਹਾਂ ਦਾ ਅਸੀਂ ਹੁਣੇ ਇੰਟਰਵਿਊ ਕੀਤਾ. ਤੁਸੀਂ ਪਲੀਜ਼ ਪਹੁੰਚੋ. ਕਿਉਂ ਪਹੁੰਚੋ? ਸਿਰਫ ਬਾਲੀਵੁੱਡ ਦੇ ਸਟਾਰਸ ਵਾਸਤੇ ਨਹੀਂ, ਲੋਕਲ ਟੈਲੈਂਟ ਨੂੰ ਇੱਥੇ ਸ਼ੋਕੇਸ ਕੀਤਾ ਜਾ ਰਿਹਾ. ਅਤੇ ਵੀ ਮਸਟ ਐਟ ਆਲ ਕੋਸਟ ਸਪੋਰਟ ਆਵਰ ਲੋਕਲ ਕੈਨੇਡੀਅਨ ਟੈਲੈਂਟ. ਔਰ ਦੂਸਰੀ ਵਧੀਆ ਚੀਜ਼ ਇਹਦੇ 'ਚ ਕੀ ਹੈ ਕਿ ਅਸੀਂ ਕਿਤੇ ਨਾ ਕਿਤੇ ਇਕੱਠੇ ਹੋ ਰਹੇ ਹਾਂ, ਇੰਡੀਆ ਔਰ ਪਾਕਿਸਤਾਨ ਇੱਕ ਸਟੇਜ ਦੇ ਉੱਤੇ, ਵਿਚ ਇਜ਼ ਅਗੇਨ ਅ ਪੋਜ਼ਿਟਿਵ ਨਿਊਜ਼. ਔਰ ਇਹਦਾ ਕ੍ਰੈਡਿਟ ਵੀ ਕੈਨੇਡਾ ਨੂੰ ਹੀ ਜਾਂਦਾ. ਇੰਡੀਆ ਪਾਕਿਸਤਾਨ 'ਚ ਰਹਿੰਦੇ ਹੋਏ ਅਸੀਂ ਇਸ ਤਰ੍ਹਾਂ ਇਕੱਠੇ ਨਹੀਂ ਹੋ ਸਕਦੇ, ਇੱਕ ਦੂਜੇ ਨਾਲ ਨਹੀਂ ਸਮਝ ਸਕਦੇ. ਸੋ ਸਪੋਰਟ ਦਿਸ ਸ਼ੋਅ. ਅਸੀਂ ਵੈਬਸਾਈਟ ਵੀ ਤੁਹਾਨੂੰ ਸਕਰੀਨ 'ਤੇ ਦੱਸਾਂਗੇ, ਜਿੱਥੋਂ ਤੁਸੀਂ ਬਹੁਤੀ ਜਾਣਕਾਰੀ ਲੈ ਸਕਦੇ ਹੋ. ਔਰ ਟੈਲੀਫੋਨ ਵੀ ਅਸੀਂ ਸ਼ੋਕੇਸ ਕਰਾਂਗੇ ਸਕਰੀਨ 'ਤੇ, ਜਿਹਦੇ 'ਤੇ ਤੁਸੀਂ ਬਹੁਤੀ ਜਾਣਕਾਰੀ ਲੈ ਸਕਦੇ ਹੋ. ਕਮ ਐਂਡ ਸਪੋਰਟ ਆਲ ਕੈਨੇਡੀਅਨ, ਗਲੋਬਲ, ਇੰਡੀਅਨ, ਪਾਕਿਸਤਾਨੀ ਟੈਲੈਂਟ. ਥੈਂਕ ਯੂ. ਵਿਆਹ ਸ਼ਾਦੀ ਦੀ ਯਾਦਗਾਰ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਫਿਲਮਾਉਣ ਲਈ ਇੱਕ ਟਰੱਸਟਵਰਦੀ ਨਾਮ ਪਲੈਟੀਨਮ ਪ੍ਰੋਡਕਸ਼ਨਸ, ਜਿਨ੍ਹਾਂ ਨੂੰ ਹਾਈ ਡੈਫੀਨੇਸ਼ਨ ਫਿਲਮਾਂ ਬਣਾਉਣ ਦਾ ਇੱਕ ਲੰਮਾ ਤਜਰਬਾ ਹੈ. ਤੁਹਾਡੀ ਐਡਿਟ ਕੀਤੀ ਫਿਲਮ 4 to 6 ਹਫ਼ਤੇ ਵਿੱਚ ਦੇਣ ਦਾ ਵਾਅਦਾ ਵੀ ਕਰਦੇ ਹਨ ਅਤੇ ਰੇਟ ਵੀ ਬਹੁਤ ਕੰਪੈਟੀਟਿਵ ਹਨ. ਆਪਣੇ ਆਉਣ ਵਾਲੇ ਕਿਸੇ ਵੀ ਫੰਕਸ਼ਨ ਦੀ ਵੀਡੀਓ ਦੀ ਬੁਕਿੰਗ ਲਈ 416-410-8544 'ਤੇ ਫੋਨ ਕਰੋ. ਪਲੈਟੀਨਮ ਪ੍ਰੋਡਕਸ਼ਨਸ, 416-410-8544.